Oh,
Oh,
சம்பதி தேனீட்டு பைத்தி கூக்குதிய கோயில் கூ ਜੋ ਕੁਛ ਮੈਂ ਕੁੱਕਦਾ ਫਿਰਦਾ ਹਾਂ ਇਹ ਉਹੀ ਕੁਝ ਬੋਲ ਰਹੀ ਯਾਰ ਚੁਫੇਰੇ ਤੱਕਿਆ ਸਾਹਮਣੇ ਬੈਠੀ ਕੋਇਲ ਨਜ਼ਰ ਆਈ ਤੇ ਫਰੀਦ ਨੇ ਪੁੱਛਿਆ ਕੋਇਲ ਤੁਸੀਂ ਸਭ ਨੂੰ ਗੁਣ ਹੱਕ ਮੀਠੇ ਤੇਰੇ ਬੈਨ ਕਿਤ ਕਾਰਨ ਕਾਲੀ ਗਈ ਕਿਤ ਰੱਤੇ ਤੇਰੇ ਨੈਣ ਤੇਰੀਆਂ ਅੱਖਾਂ ਤੋਂ ਸੁਰਖ ਹਨ ਤੇਰਾ ਰੰਗ ਕਿਉਂ ਕਾਲਾ ਹੋ ਗਿਆ ਤੇਰੀ ਆਵਾਜ਼ ਕਿਉਂ ਦਿਲ ਚੀਰਦੀ ਹੈ ਮੈਨੂੰ ਜਾਪਦਾ ਜੋ ਕੁਝ ਮੇਰੇ ਤੇ ਵਾਪਰੀ ਹੈ ਤੇਰੇ ਤੇ ਵੀ ਕੋਈ ਇਹੋ ਜਿਹੀ ਵਾਪਰੀ ਕੋਇਲ ਤੁਧ ਮੇ ਸਬਦ ਕਾਲੀ ਪਈ ਕਾਲੀ
ਨੂੰ ਕੋਈ ਉਹ ਜਾਣੇ ਜਿਸਦਾ ਪ੍ਰੀਤਮ ਵਿਛੜਿਆ ਹੋਵੇ। ਧੰਨ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜਿਸ ਵੇਲੇ ਜੋਤੀ ਜੋਤ ਸਮਾਏ ਤੇ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਨੇ ਸਰੋਤ ਸੁਣੀ ਤੇ ਆਖਿਆ ਹੈ ਤਿਆਰੀ ਕਰ ਲਈ ਨਾਲ ਜਾਣ ਦੀ। ਬੇਨਤੀ ਕੀਤੀ ਸੱਚੇ ਪਾਤਸ਼ਾਹ ਜਿਸ ਕਾਰਜ ਵਾਸਤੇ ਆਪ ਨੂੰ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਥਾਪਿਆ ਤੁਸੀਂ ਬਾਬੋ ਕਰਨਾ। ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਨੇ ਹੌਕਾ ਲਿਆ ਤੇ ਆਖਿਆ ਜਿਸ ਪਿਆਰੇ ਤੇ ਹੁੰਦੇ ਜਿਸ ਆਗੇ ਮਰ ਚੱਲੇ ਦਿਗ ਜੀਵਨ ਸੰਸਾਰ ਤਾਂ ਕਿ ਪਾਛੇ ਜੀ ਜਿਸਦੇ ਨਾਲ ਨਿਉ ਹੈ ਉਸ ਤੋਂ ਬਿਨਾਂ ਜੀਵਨ ਨੂੰ ਡਿੱਗ ਹੈ। ਕੋਈ ਆਖੇ ਬਾਣੀ ਸਿਰਫ ਆਖੀ ਗਈ ਹੈ ਨਹੀਂ ਇਹ ਬਾਣੀ ਵਰਤੀ। ਮੰਡੇਸ਼ਵਰ ਮਹਾਰਾਜ ਮੰਡਲੀ ਵਾਲੇ ਇਹਨਾਂ ਦਾ ਸੇਵਕ ਮੁਨਸ਼ੀ ਰਾਮ ਚੰਦ ਅਨਨ ਸੇਵਕ ਬੜਾ ਸ਼ਰਧਾਲੂ ਔਰ ਬੜੇ ਪਿਆਰ ਵਾਲਾ ਇੱਥੋਂ ਤੱਕ ਪਹੁੰਚਿਆ ਹੋਇਆ ਕਿ ਸਾਡੇ ਪਿੰਡ ਦਾ ਚੌਧਰੀ ਹਜ਼ੂਰੀ ਰਾਮ ਸੰਤਾਂ ਨੂੰ ਜਾ ਕੇ ਮੱਥਾ ਟੇਕਿਆ ਤੇ ਨੀਵੀਂ ਪਾ ਕੇ ਬਹਿ ਗਿਆ। ਸੰਤ ਪੁੱਛਦੇ ਨੇ ਕਿਉਂ ਚੌਧਰੀ ਕਿਵੇਂ ਬੈਠਾ, ਬੜੀ ਚਿੰਤਾ ਲੱਗੀ ਜਾਪਦੀ ਹੈ। ਚੌਧਰੀ ਤਾਂ ਨਾ ਬੋਲਿਆ, ਜਿਹੜਾ ਨਾਲ ਸੀ ਉਹ ਬੋਲਿਆ ਜੀ ਘਰ ਪੁੱਤਰ ਕੋਈ ਨੀ, ਪੁੱਤਰ ਕੋਈ ਨੀ। ਤੇ ਜੋਤਸ਼ੀਆਂ ਨੇ ਪੱਤਰੀ ਵੇਖ ਕੇ ਆਖਿਆ ਭਾਵੇਂ ਹੋਰ ਵਿਆਹ ਵੀ ਕਰ ਲਵੇ ਪੁੱਤਰ ਹੋਣਾ ਹੀ ਕੋਈ। ਇਸ ਵਾਸਤੇ ਮਹਾਰਾਜ ਬੜੀ ਚਿੰਤਾ ਲੱਗ ਗਈ। ਮੁਨਸ਼ੀ ਰਾਮ ਚੰਦ ਕੋਲ ਬੈਠਾ ਸੀ, ਸੰਤ ਮਹਾਰਾਜ ਕਹਿਣ ਲੱਗੇ ਮੁਨਸ਼ੀ ਜੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਪੁੱਛ ਕੇ ਕੱਲ ਦੱਸਣਾ ਕਿ ਚੌਧਰੀ ਦੇ ਘਰ ਪੁੱਤਰ ਹੋਵੇਗਾ ਕਿ ਨਹੀਂ ਹੋਏਗਾ। ਸਤਿਵਚਨ ਅਗਲੇ ਦਿਨ ਜਿਸ ਵੇਲੇ ਮੁੜ ਚੌਧਰੀ ਹਾਜ਼ਰ ਹੋਇਆ ਮੁਨਸ਼ੀ ਰਾਮ ਚੰਦਰ ਵੀ ਆਣ ਬੈਠਾ ਤਾਂ ਸੰਤਾਂ ਪੁੱਛਿਆ ਕਿਉਂ ਮੁਨਸ਼ੀ ਪੁੱਛਿਆ ਸੀ ਜੀ ਮਹਾਰਾਜ ਪੁੱਛਿਆ ਫਿਰ ਕੀ ਹੁਕਮ ਹੋਇਆ। ਹੁਕਮ ਇਹ ਹੋਇਆ ਵੀ ਪਹਿਲਾਂ ਲੜਕੀ ਹੋਏਗੀ ਉਹ ਮਰ ਜਾਏਗੀ ਫਿਰ ਚਾਰ ਪੁੱਤਰ ਹੋਣਗੇ। ਚਾਰ ਜੋਤਸ਼ੀਆਂ ਨੇ ਤਾਂ ਜਵਾਬ ਦੇ ਦਿੱਤਾ ਕਿ ਸੰਤ ਮਹਾਰਾਜ ਕਹਿੰਦੇ ਨੇ ਇਹਨਾਂ ਨੂੰ ਕਿਆ ਪਤਾ, ਜਿੱਥੋਂ ਤੱਕ ਇਹਨਾਂ ਨੇ ਦੇਖਿਆ ਇਹਨਾਂ ਨੂੰ ਉੱਥੋਂ ਤੱਕ ਦੀ ਖਬਰ ਹੈ। ਇਹ ਤੂੰ ਅੱਗਾ ਤਾਂ ਪਤਾ ਨਹੀਂ ਨਾ ਕਿ ਵਕੀਲ ਜਿੱਥੋਂ ਹੁੰਦੀ ਹੈ ਉਹ ਦਰ ਕਿੱਥੇ ਹੈ। ਉਹ ਮੁਨਸ਼ੀ ਰਾਮ ਚੰਦ ਇਸ ਵੇਲੇ ਸੰਤ ਚੜ੍ਹਾਈ ਕਰ ਗਏ, ਜੋਤੀ ਜੋਤ ਸਮਾ ਗਏ। ਕੁਛ ਦਿਨ ਬੀਤੇ, ਇੱਕ ਦਿਨ ਰੋ ਪਿਆ। ਘਰਵਾਲੀ ਨੇ ਪੁੱਛਿਆ ਜੀ ਰੋਂਦੇ ਕਿਉਂ ਹੋ, ਆਖਣ ਲੱਗੇ ਸੰਤਾਂ ਬਿਨਾਂ ਜੀ ਨਹੀਂ ਲੱਗਦਾ, ਜੀ ਨਹੀਂ ਲੱਗਦਾ, ਜੀਣ ਨੂੰ ਚਿੱਤ ਨਹੀਂ ਕਰਦਾ। ਮੇਰਾ ਹੁਣ ਜੀ ਕਰਦਾ ਮੈਂ ਸੰਤਾਂ ਕੋਲ ਚਲਾ ਜਾ। ਫਿਰ ਮੁਨਸ਼ੀ ਜੀ ਨੇ ਆਖਿਆ ਘਰਵਾਲੀ ਨੂੰ ਜੇ ਤੂੰ ਆਪਣੇ ਪੁੱਤਰਾਂ ਨੂੰ ਬੁਲਾਉਣਾ ਤਾਂ ਬੁਲਾ ਲੈ, ਕਿਉਂਕਿ ਉਹ ਬਾਹਰ ਨੌਕਰੀਆਂ ਤੇ ਸਨ। ਬੱਚਿਆਂ ਨੂੰ ਸੱਦਣੇ ਤਾਂ ਸੱਦ ਲੈ, ਪਿੱਛੋਂ ਇੰਜ ਨਾ ਕਹਿਣ ਬਈ ਤੈਨੂੰ ਪਤਾ ਸੀ ਤੇ ਤੂੰ ਸਾਨੂੰ ਖਬਰ ਕਿਉਂ ਨਾ ਦਿੱਤੀ। ਜੇ ਤੂੰ ਅੱਜ ਤਾਰ ਪਾ ਦੇਵੇਂ ਉਹ ਕੱਲ ਆ ਜਾਵਣ ਤੇ ਮੈਂ ਪਰਸੋਂ ਚਲਾ ਜਾਵਾਂ। ਉਹਨੇ ਤਾਰਾਂ ਪਾ ਦਿੱਤੀਆਂ। ਅਗਲੇ ਦਿਨ ਲੜਕੇ ਆ ਗਏ ਸਾਰੇ,
ਚੰਗਾ ਬੰਦਾ ਵੇਖ ਕੇ ਬਾਪੂ ਨੂੰ ਅਚਰਜ ਰਹਿ ਗਏ। ਮੈਂ ਉਹਨੂੰ ਕਹਿਣ ਲੱਗੇ ਤੂੰ ਤਾਰਾਂ ਦਿੱਤੀਆਂ ਮੈਨੂੰ ਇਹਨਾਂ ਨੇ ਆਖਿਆ ਮੈਂ ਦੇ ਦਿੱਤੀ। ਤਿੰਨ ਰਾਤ ਰੋਂਦੇ ਸਨ, ਹਰ ਵੇਲੇ ਵੈਰਾਗ ਵਿੱਚ ਸਨ, ਕੋਈ ਵੇਲਾ ਨਹੀਂ ਜਿਸ ਵੇਲੇ ਇਹਨਾਂ ਦੀਆਂ ਅੱਖਾਂ ਨਹੀਂ ਭਰੀਆਂ ਹੁੰਦੀਆਂ, ਜਿਸ ਵੇਲੇ ਪੁੱਛਦੀਆਂ ਇਹੀ ਕਹਿੰਦੇ ਨੇ ਉਹ ਜੀ ਨਹੀਂ ਲੱਗਦਾ, ਜਿਤ ਕਰਦਾ ਸੰਤਾਂ ਪਾਸ ਚਲਾ ਜਾਵਾਂ। ਇਹਨਾਂ ਨੇ ਆਖਿਆ ਜੇ ਕੱਲ ਬੱਚੇ ਆ ਜਾਣ ਪਰਸੋਂ ਮੈਂ ਚਲਾ ਜਾਵਾਂਗਾ, ਤੁਸੀਂ ਆ ਗਏ ਹੁਣ ਬਾਕੀ ਗੱਲ ਆਪੇ ਪੁੱਛ ਲਓ। ਬੱਚੇ ਆ ਗਏ ਸਾਰੇ ਕੋਲ ਬੈਠੇ ਸਖਿਆ ਸਭਨਾ ਵੱਲ, ਤੁਸੀਂ ਵੀ ਬੜੇ ਪਿਆਰੇ ਹੋ, ਬੜਾ ਹਿੱਤ ਹੈ ਤੁਹਾਡੇ ਨਾਲ, ਪਰ ਤੁਹਾਡੇ ਨਾਲੋਂ ਵੀ ਕੋਈ ਮੈਨੂੰ ਬਹੁਤ ਪਿਆਰਾ ਹੈ। ਹਰ ਕਾ ਸੇਵਕ ਪ੍ਰਾਣ ਧਨ ਜਿਸ ਕਾ ਪਨਿਹਾਰਾ, ਬਾਈ ਮੀਤ ਸੁਤ ਸਗਲ ਤੇ ਸਭ ਹੋਤੇ ਪਿਆਰਾ, ਭਾਈਆਂ ਨਾਲੋਂ ਮਿੱਤਰਾਂ ਨਾਲੋਂ ਪੁੱਤਰਾਂ ਨਾਲੋਂ ਉਹ ਮੈਨੂੰ ਸਭ ਤੋਂ ਪਿਆਰਾ, ਇਸ ਵਾਸਤੇ ਮੇਰਾ ਕੀ ਕਰਦਾ ਮੈਂ ਉਹਨਾਂ ਕੋਲ ਚਲਾ ਜਾਵਾਂ, ਹੁਣ ਮੈਂ ਰਹਿਣ ਜੋਗਾ ਨਹੀਂ, ਅੱਜ ਤੁਸੀਂ ਆ ਗਏ ਹੋ ਕੱਲ ਮੈਂ ਚਲਾ ਜਾ। ਅਗਲਾ ਦਿਨ ਜਿਸ ਵੇਲੇ ਹੋਇਆ ਉੱਪਰ ਚੁਬਾਰੇ ਤੇ ਰਹਿੰਦੇ ਸਨ ਮੁਨਸ਼ੀ ਜੀ, ਬੱਚਿਆਂ ਨੂੰ ਸੱਦਿਆ ਤੇ ਆਖਿਆ ਮੈਂ ਹੁਣ ਤਿਆਰੀ ਵਿੱਚ ਹਾਂ ਬਾਈ, ਉਹਨਾਂ ਵੇਖਿਆ ਵੀ ਚੰਗਾ ਬੰਦਾ, ਕੋਈ ਦੁੱਖ ਨਹੀਂ ਕੋਈ ਰੋਗ ਨਹੀਂ, ਮੈਂ ਹੁਣ ਤਿਆਰ ਹਾਂ ਤੇ ਜੇ ਤੁਸੀਂ ਆਖੋ ਤੇ ਇੱਥੇ ਉੱਤੇ ਚੜਾਈ ਕਰ ਜਾਵਾਂ ਤੇ ਜੇ ਆਖੋ ਤੇ ਥੱਲੇ ਚਲਿਆ ਚੱਲਾਂ। ਉਹ ਰੋਣ ਲੱਗ ਪਏ, ਆਖਿਆ ਰੋਵੋ ਨਹੀਂ ਜੋ ਮਨ ਵਿੱਚ ਕਹਿ ਦੇ। ਉਹਨਾਂ ਆਖਿਆ ਫਿਰ ਵੀ ਥੱਲੇ ਲੈ ਹੀ ਜਾਣਾ, ਥੱਲੇ ਹੀ ਚੱਲੋ। ਆਪ ਪੌੜੀਆਂ ਉਤਰ ਕੇ ਥੱਲੇ ਆ ਗਏ, ਕੱਪੜਾ ਵਿਛਾ ਲਿਆ, ਦੀਵਾ ਬੱਤੀ ਉੱਥੇ ਕੋਈ ਲੋੜ ਨਹੀਂ, ਸੰਤ ਆ ਗਏ ਲੈਣ ਵਾਲੇ ਆ ਬੈਠੇ ਹਨ, ਜਿਨ੍ਹਾਂ ਨੇ ਲੈ ਜਾਣੇ ਉਹਨਾਂ ਦੀ ਗੋਦ ਪਈ ਪੁਕਾਰਦੀ ਹੈ। ਫਰੀਦ ਨੂੰ ਵੀ ਕਬਰ ਚੋਂ ਆਵਾਜ਼ ਆਈ ਸੀ ਉਹ ਤੈਨੂੰ ਗੌਰ ਨਿਮਾਣੀ ਆਵਾਜ਼ਾਂ ਮਾਰਦੀ, ਤੈਨੂੰ ਗੌਰ ਨਿਮਾਣੀ ਆਵਾਜ਼ਾਂ ਮਾਰਦੀ, ਆ
ਹੈ ਕਬਰ ਖੁਦ ਹੀ ਹੋਈ ਹੈ। ਇਹਨੇ ਜਾ ਪਿਆ ਜਿਵੇਂ ਵਿੱਚੋਂ ਆਵਾਜ਼ ਆਉਂਦੀ ਹੈ, ਆ ਜਾ ਕੀ ਪਿਆ ਸੋਚਣ, ਅਖੀਰ ਆਉਣਾ ਤਾਂ ਹੈ ਹੀ। ਫਰੀਦ ਖੜ ਗਿਆ, ਪੁੱਛਦਾ ਕੀ ਕਰੇਗੀ। ਉਹਨੇ ਆਖਿਆ ਮੈਂ ਤਿੰਨ ਕੰਮ ਕਰਦੀ ਹਾਂ, ਜਿਸ ਨੂੰ ਜਿਸ ਵੇਲੇ ਕੋਈ ਨੀ ਚੱਲਦਾ ਉਸ ਵੇਲੇ ਮੈਂ, ਮਾਂ ਜਿਸ ਵੇਲੇ ਗੋਦ ਵਿੱਚ ਨਹੀਂ ਰੱਖ ਸਕਦੀ ਉਸ ਵੇਲੇ ਮੇਰੀ ਗੋਦ ਹਾਜ਼ਰ ਹੈ। ਮੈਂ ਕਿਸੇ ਨੂੰ ਕਦੇ ਧੱਕਾ ਨਹੀਂ ਦਿੱਤਾ। ਦੂਜਾ ਕੰਮ, ਮੈਂ ਉਸਦੇ ਹੇਠ ਉੱਤੇ ਬਹਿ ਕੇ ਉਸਦੇ ਪਰਦੇ ਢੱਕ ਲੈਂਦੀ। ਤੇ ਤੀਜਾ ਕੰਮ, ਜਿਉਂ ਜਿਹੀ ਮੈਂ ਆਪ ਹਾਂ ਉਹਨੂੰ ਉਹ ਜਿਹਾ ਕਰ ਦਿੰਦੀ, ਮੈਂ ਮਿੱਟੀ ਹਾਂ ਉਹਨੂੰ ਮਿੱਟੀ ਕਰ ਲੈਂਦੀ। ਫਰੀਦ ਜਿਸ ਵੇਲੇ ਅਗਾਂਹ ਲੰਘ ਤੁਰਿਆ, ਪਿੱਛੋਂ ਆਵਾਜ਼ ਆਈ ਤੂੰ ਪਿਆ ਨਹੀਂ ਚੰਗਾ ਫਕੀਰ ਹੈ, ਫਕੀਰ ਤਾਂ ਹੁੰਦਾ ਹੀ ਮੁਰਦਾ। ਉਹਨੇ ਆਖਿਆ ਮੁਰਦਾ ਤਾਂ ਹੁੰਦਾ ਪਰ ਤੇਰੇ ਵਿੱਚ ਸੁਣਾਉਣ ਵਾਸਤੇ ਨਹੀਂ, ਉਸਦੀ ਗੋਦ ਹੋਰ ਹੈ। ਪੁੱਛਦੀ ਹੈ ਕਿਹੜੀ, ਅਖੇ ਮੁਰਸ਼ਦ ਦੀ ਗੋਦ, ਮੁਰਸ਼ਦ ਦੀ ਗੋਦ ਗੋਰ ਹੈ, ਮੁਰੀਦ ਮੁਰਦਾ ਹੈ, ਉਹ ਕੀ ਕਰਦੀ ਹੈ। ਉਹਨੇ ਆਖਿਆ ਉਹ ਵੀ ਤਿੰਨੇ ਹੀ ਕੰਮ ਕਰਦੀ ਹੈ, ਇਸ ਪਾਪੀ ਕੋ ਮਿਲੇ ਨਾ ਧੋਈ, ਕਰਨ ਆਵੇ ਤਨ ਜਿਸਦੇ ਕਿਤੇ ਪੈਰ ਨਹੀਂ ਲੱਗਦੇ। ਮਹਾਂਪਾਪੀ ਕੋਈ ਨਾ ਚੱਲੇ ਕਿਸ ਨੂੰ, ਨਰਕ ਵੀ ਹੱਥ ਚਾ ਜੋੜਨ ਸਾਡੇ ਤੱਕ ਨਾ ਆਵੇ, ਵਾਹੀ ਅਸੀਂ ਅੱਗੇ ਹੀ ਪੈਸਣ ਦੇ ਸਨ। ਖੁਦੀ ਨਾ ਕਰ ਖੁਦਾ ਕੇ ਡਰ, ਖੁਦੀ ਵਾਲੇ ਨੂੰ ਕੋਈ ਨਾ ਲੋੜੇ, ਨਾ ਅੱਗ ਸਾਰੇ ਨਾ ਪਾਣੀ ਬੋਲੇ, ਖੁਦੀ ਵਾਲਾ ਗਿਆ ਪਾਸ ਖੁਦਾ ਦੇ, ਅੱਗੋ ਕਾਦਰ ਵੀ ਮੁੱਖ ਮੋੜੇ, ਹੁਕਮ ਹੋਇਆ ਇਹਨੂੰ ਲੈ ਜਾਓ ਨਰਕਾਂ, ਅੱਗੋ ਨਰਕਾਂ ਵੀ ਹੱਥ ਜੋੜੇ। ਪਰ ਜੀ ਐਡਾ ਪਾਪੀ ਗੁਰੂ ਨਾਨਕ ਦੀ ਸ਼ਰਨ ਆ ਜਾਵੇ, ਗੁਰੂ ਨਾਨਕ ਦੀ ਗੋਦ ਨੇ ਅੱਗੋ ਇਨਕਾਰ ਨਹੀਂ ਕੀਤਾ, ਸੱਜਣਾ ਤੇਰੇ ਵਾਸਤੇ ਮੇਰੇ ਕੋਲ ਥਾਂ ਹੈ ਨਹੀਂ, ਇੰਜ ਨਹੀਂ ਆਖਿਆ। ਜੋ ਸ਼ਰਨ ਆਵੇ ਜਿਸ ਕੰਠ ਲਾਵੇ ਤੇਰੇ ਵਾਂਗੂ, ਜੇ ਤੂੰ ਆਖਿਆ ਨਾ ਮੈਂ ਉਸਦੇ ਪੜਦੇ ਡੱਕ ਲਾਂਗੀ ਇਸ ਉੱਤੇ ਬਹਿ ਕੇ, ਜੇ ਮੁਰਸ਼ਦ ਦੀ ਗੋਦ ਵਿੱਚ ਆ ਜਾਵੇ ਇਹ ਗੋਦ ਵੀ ਪੜਦੇ ਡੱਕ ਲੈਂਦੀ। ਪਹਿਲੇ ਕੌਣ ਸੀ ਸੱਜਣ, ਚੋਰ ਸੱਜਣ, ਹੁਣ ਕੌਣ ਬਣ ਗਿਆ ਹੁਣ ਬਾਈ ਸੱਜਣ। ਕੋਈ ਇਸਦੇ ਪਿਛਲੇ ਗੁਣ ਔਗੁਣ ਚਿਤਾਰਦਾ ਕੋਈ ਨਾ। ਤੇ ਤੀਜਾ ਕੰਮ ਗੋਦ ਇਹ ਕਰਦੀ ਹੈ ਕਿ ਜੋ ਇਸ ਗੋਦ ਵਿੱਚ ਆ ਗਿਆ ਉਹਨੂੰ ਆਪਣਾ ਰੂਪ ਬਣਾ ਲਿਆ, ਤੂੰ ਲੈਣੇ ਨੂੰ ਆਪਣਾ ਰੂਪ ਗੁਰੂ ਨਾਨਕ ਨੇ ਕਰ ਲਿਆ। ਇਸ ਵਾਸਤੇ ਤੇਰੇ ਵਿੱਚ ਮੇਰਾ ਵਾਸਤਾ ਨਹੀਂ, ਤੇਰੇ ਵਿੱਚ ਪੈਣ ਵਾਲੇ ਹੋਰ ਬਥੇਰੇ ਆ ਜਾਣਗੇ, ਮੈਂ ਤਾਂ ਆਪਣੇ ਮੁਰਸ਼ਦ ਦੀ ਗੋਦ ਦੀ ਸੇਧ ਕਰਕੇ ਤੁਰਿਆ ਜਾਂਦਾ। ਸਾਹਿਬ ਬੋਲੋ ਸ਼੍ਰੀ ਮੁਨਸ਼ੀ ਰਾਮ ਚੰਦ ਨੇ ਆਖਿਆ ਸੰਤਾਂ ਦੀ ਗੋਦ ਮੈਨੂੰ ਬਈ ਪੁਕਾਰਦੀ ਹੈ, ਦੀਵਾ ਬੱਤੀ ਕਰਨ ਦੀ ਲੋੜ ਨਹੀਂ ਬੱਚਿਓ, ਫਿਰ ਕੁਛ ਤਾਂ ਕਰਨਾ ਹੀ ਹੋਇਆ ਲੋਕਾਚਾਰੀ, ਇੱਥੇ ਕੁਛ ਨਾ ਕਰੋ, ਜੇ ਕਰਨਾ ਜੇ ਤਾਂ ਇੱਕ ਜਪ ਜੀ ਸਾਹਿਬ ਦਾ ਪਾਠ ਕਰ ਲਓ। ਮੁਨਸ਼ੀ ਜੀ ਨੇ ਆਪ ਵੀ ਪਾਠ ਆਰੰਭਿਆ, ਬੱਚਿਆਂ ਨੂੰ ਆਖਿਆ ਤੁਸੀਂ ਵੀ ਕਰੋ, ਤੇ ਜਿਸ ਵੇਲੇ ਨਾਨਕ ਤੇ ਮੁਖੁਜ ਨੇ ਕੇਤੀ ਛੁੱਟੀ ਨਾਲ ਆਖਿਆ ਤੇ ਅੱਖਾਂ ਵਿੱਚ ਲਈ ਦੂਜੀ ਛਿਨਮ ਚ ਮੁਨਸ਼ੀ ਰਾਮ ਚੰਦ ਸੰਤਾਂ ਦੀ ਗੋਦ ਵਿੱਚ। ਜਿਸ ਪਿਆਰੇ ਸਿਓ ਨਿਹੋ ਇਸ ਆਗੇ ਮਰ ਚੱਲੀਏ, ਦ੍ਰਿਗ ਜੀਵਨ ਸੰਸਾਰ ਸਾਕੇ ਪਾਸੇ ਜੀਵਨ। ਪੁੱਛਦਾ ਖਰੀਦ ਕੋਇਲ ਨੂੰ ਕਾਲੀ ਕੋਇਲ ਤੂੰ ਕਿਤ ਗੁਣ ਕਾਲੀ, ਕਹਿੰਦੀ ਹੈ ਸਿਰਫ ਮਾਰ ਕਾਲੀ ਥਈ ਜਬ ਕੇ ਵਿਛੜੇ ਨੀਤ, ਮੈਣੀ ਲਹੂ ਫਿਰ ਗਿਆ ਹੁਣ ਕੀ ਕਰਨੀ ਹੈ, ਹੁਣ ਬਨ ਮਨ ਚੂੰਡੋ ਮੀਤ ਚੋਣ ਦੇ ਸਿਰ ਦੀ ਹੈ, ਮਰਨਾ ਆਪਣੇ ਵੱਸ ਨਹੀਂ। ਸਤੀਆਂ ਉਹ ਵੀ ਹਨ ਜੋ ਨਾਲ ਮਰ ਜਾਂਦੀਆਂ ਨਾਲ ਸੜ ਜਾਂਦੀਆਂ, ਪਰ ਸਾਹਿਬ ਨੇ ਇੱਕ ਦਰਜਾ ਸਤੀ ਦਾ ਹੋਰ ਵੀ ਰੱਖਿਆ ਹੈ ਕਿ ਸਤੀਆਂ ਇਹ ਨਾ ਆਖੀਏ ਜੇ ਮੁੜਿਆ ਲੱਗ ਜਲਨ, ਸਤੀਆਂ ਸੇ ਹੀ ਨਾਨਕਾ
बिरहो चोट मरन ईसो सतिया, जानिए खील संतोख रहन सेवन साई आपना नित उठ संभाल। वो भी सतिया सन, उन्हों का दर्जा सब तो उच्चा है जो अपने खसम नू सदा संभाल दिया, जो अपने साई नू सदा सेव दिया। तो साई सेवन की सहब जाग पै सिखा रहे हैं, सिखा कदे दिहाड़ी विच अच्छा पैरां विच सच्चा घड़ियां विच किसे एक वेले तां जुड़ के आखिया कर मोहन घर आओ। ਇਹ ਪੜ੍ਹਾਈ ਸਾਡੇ ਵਾਸਤੇ ਬੜੀ ਔਖੀ ਹੈ, ਆਖਿਆ ਸੌਖੀ ਹੈ। ਕਿਵੇਂ? ਬਾਬਾ ਨੰਦ ਸਿੰਘ ਦੀ ਸੰਗਤ ਕਰ, ਉਹਨਾਂ ਮਹਾਂਪੁਰਖਾਂ ਦੀ ਸੰਗਤ ਕਰ, ਸੰਤ ਲਾਗ। ਜਪ ਮਨ ਗੋਬਿੰਦ ਏਕ ਹੈ, ਅਵਰ ਨਹੀਂ ਕੋ ਲੇਖਾ। ਕਿਵੇਂ ਪੜ੍ਹਾ ਕੇ ਸੰਤ ਲਾਗ? ਅਖੇ ਜੀ, ਸੰਤਾਂ ਕੋਲ ਵੀ ਤਾਂ ਬਹੁਤ ਗਏ, ਬੜੇ ਬੱਥੇ ਟੇਕੇ। ਆਖਿਆ ਇੰਜ ਨਹੀਂ, ਸੰਤ ਲਾਗ ਮਨ ਛਾੜ ਦੁਬਦਾ ਕੀ ਕੁਰੀਆ। ਸੰਤ ਦੇ ਨਾਲ ਲੱਗ ਤਾਂ ਆਪਣੀ ਮਨ ਮਤ ਛੱਡ, ਜਿਵੇਂ ਉਹ ਆਖਦੇ ਨੀ ਤਿਵੇਂ ਕਰ ਲੈ ਇੱਕ ਵਾਰ। ਤਾਂ ਫਿਰ ਉਹ ਕੀ ਆਖਦੇ ਨੇ? ਉਹ ਆਖਦੇ ਨੇ ਛੇ ਮਾਲਾਂ ਪਹਿਲੀ ਪੌੜੀ ਦੀਆਂ ਕਰ, ਤੇਰਾ ਮੇਰਾ ਗੁਰੂ ਨਾਨਕ ਸਾਮਨ ਹੋਇਆ, ਮੈਂ ਨਰਕ ਵਿੱਚ ਨਹੀਂ ਜਾਣ ਦਿਆਂਗਾ। ਇਸ ਦਾ ਕੋਈ ਸਬੂਤ ਹੈ ਕਿ ਨਹੀਂ ਜਾਣ ਦੇਣਗੇ? ਉਸ ਦਿਨ ਵੀ ਆਖਿਆ ਸੀ, ਆ ਗੁੜਗਾਵਾਂ ਨੇੜੇ ਹੀ ਹੈ, ਐਸ ਪੀ ਹੈ ਗੁੜਗਾਵਾਂ ਦਾ, ਉਸਦਾ ਪਿਤਾ ਚੜਾਈ ਕਰ ਗਿਆ, ਤਾਰਾਂ ਦਿੱਤੀਆਂ, ਪੁੱਤਰ ਆਏ ਪਰ ਪਛੜ ਕੇ, ਉਹ ਪਹਿਲੇ ਜਾ ਚੁੱਕਾ ਸੀ। ਬੜਾ ਰੁਨੇ ਬੇਹੋਸ਼ ਹੋ ਗਏ, ਰਾਤੀ ਸੁਪਨਾ ਆਇਆ, ਪਿਤਾ ਜੀ ਆਏ ਹਨ, ਇਕੱਲੇ ਨਹੀਂ ਨਾਲ ਬਾਬਾ ਜੀ ਖੜੋਤੇ। ਪਿਤਾ ਪੁੱਤਰ ਨੂੰ ਕਹਿ ਰਿਹਾ, ਬੇਟਾ ਤੂੰ ਮੇਰੇ ਵਾਸਤੇ ਰੋ ਰਹੀ, ਮੈਨੂੰ ਰੋ ਰਹੇ? ਤੈਨੂੰ ਪਤਾ ਨਹੀਂ ਮੈਂ ਛੀ ਮਾਲਾਂ ਦਾ ਨਿਤਨੇਮ ਕੀਤਾ, ਮੈਂ ਛੀ ਮਾਲਾਂ ਪਹਿਲੀ ਪੌੜੀ ਦੀਆਂ ਕੀਤੀਆਂ, ਔਰ ਇਹ ਨੇਮ ਮੇਰੇ ਨਾਲ ਨਿਭਿਆ, ਔਰ ਜਿਨ੍ਹਾਂ ਨੇ ਟਿਕਟ ਬਖਸ਼ਿਆ ਹੋਇਆ ਉਹ ਨਾਲ ਖਲੋਤੇ ਨਹੀਂ। ਪੁੱਛ ਲੈ ਮੈਂ ਕਿੱਥੇ ਆਇਆ, ਮੈਂ ਇਹਨਾਂ ਦੀ ਗੋਦ ਵਿੱਚ ਆਇਆ। ਤੁਹਾਨੂੰ ਹਿਦਾਇਤ ਕਰਨਾ, ਜਿੰਨਾ ਚਿਰ ਦੇਹੀ ਵਿੱਚ ਸਵਾਸ ਚੱਲਦੇ ਹਨ ਨਿਤ ਨੇਮ ਨਾ ਖੁੰਝੇ, ਟਿਕਟ ਤਕੜਾ ਕਰੋ। ਬਾਬਾ ਜੀ ਆਖਦੇ ਸਨ ਟਿਕਟ, ਉਹ ਜਿਹਦੇ ਪੱਲੇ ਟਿਕਟ ਨਹੀਂ ਉਹ ਕਿਵੇਂ ਦਰਗਾਹ ਵਿੱਚ ਜਾਏਗਾ? ਜਿਹਦੇ ਕੋਲ ਟਿਕਟ ਨਹੀਂ ਕਿਵੇਂ ਉਹ ਗੁਰੂ ਗੌਰ ਵਿੱਚ ਸਮਾਏਗਾ? ਵਾਜਾ ਤਾਂ ਗੌਰ ਨਿਤ ਪਈ ਮਾਰਦੀ ਹੈ, ਪਰ ਭਾਈ ਜਾ ਬੇਸ਼ੱਕ, ਪਰ ਟਿਕਟ ਲੈ ਕੇ ਜਾ, ਬੇ ਟਿਕਟਾ ਨਾ ਜਾਵੀ, ਗੇਟ ਤੇ ਰੋਕਿਆ ਜਾਏਗਾ, ਗੱਡੀ ਤੇ ਕਿਸੇ ਨਹੀਂ ਉਹ ਚੜਨ ਦੇਣਾ। ਸਾਧ ਸਿੰਘ ਬੋਲੋ ਸ੍ਰੀ, ਹੁਣ ਜਾਣਾ ਤਾਂ ਅਸੀਂ ਜ਼ਰੂਰ ਹੈ ਜਿੱਥੇ ਬਾਬਾ ਜੀ ਗਏ ਹਨ, ਚੱਲਣ ਅੱਜ ਕੇ ਕੱਲ, ਅੱਜ ਨਹੀਂ ਤਾਂ ਕੱਲ, ਕੱਲ ਨਹੀਂ ਤਾਂ ਪਰਸੋਂ, ਆਖੀਰ ਤਾਂ ਖੇਡਣ ਦੇ ਦਿਨ ਚਾਰ ਨਹੀਂ ਮਾਏ, ਆਖੀਰ ਕੋਠੇ ਦੁੱਕਣ ਕੇਤਲ। ਉਹ ਫਰੀਦਾ, ਕੋਠੇ ਦੁੱਕਣ ਕੇਤਲਾ, ਕੋਠੇ ਉੱਤੇ ਕਿੰਨਾ ਕੁ ਭੱਜ ਲਏਗਾ? ਕੋਠੇ ਤੁਕਣ ਖੇਤਰਾ ਪਰ ਨੀਂਦੜੀ ਨਿਵਾਰ, ਜੋ ਦੇ ਲੱਦੇ ਗਾਣਵੇਂ ਇਹ ਗਿਣਤੀ ਦੇ ਮਿਲੇ ਨੇ। ਕਿਤਨੇ ਬੀਤ ਗਏ ਹਨ, ਜਰਾ ਝਾਤੀ ਤਾਂ ਮਾਰੋ। ਬਾਬਾ ਜੀ ਨੂੰ ਗਿਆ 21 ਸਾਲ ਹੋ ਗਏ, 21 ਸਾਲ, 21 ਸਾਲ ਦੇ ਦਿਨ ਤਾਂ ਬਣਾਓ, ਰਾਤਾਂ ਗਿਣੋ, ਇਹ ਸਭ ਚਲੇ ਗਏ ਜਾਂਦੇ ਵਾਂਗ ਹਵਾ ਦੇ ਤੇਰੇ ਅੱਗੇ ਵਾਹੋ ਦਾਹੀ। ਉਹ ਤੇਰੀ ਉਮਰ ਨੂੰ ਇਹ ਦਿਨ ਹੱਥ ਪਾਈ ਜਾਂਦੇ ਨੇ, ਤੈਨੂੰ ਚੇਤਾ ਹੀ ਨਹੀਂ ਆਇਆ। ਰੱਬ ਖਜੂਰੀ ਪੱਕੀਆਂ, ਮਾਖਿਓ ਨਹੀਂ ਵਗਨ, ਜੋ ਜੋ ਵੰਜੇ ਡੀਹੜਾ ਸੋ ਉਮਰ ਹੱਥ ਪਵਨ। ਜੋ ਜੋ ਇੱਕ ਇੱਕ ਡਿਉਂ ਪਿਆ ਜਾਂਦਾ, ਤੇਰੀ ਉਮਰਾਂ ਨੂੰ ਹੱਥ ਪਾਈ ਜਾਂਦਾ, ਅਜੇ ਤਾਂ ਜਾਗ। ਇਸੇ ਵਾਸਤੇ ਦਿਨ ਮਨਾਉਣੇ, ਇਸੇ ਵਾਸਤੇ ਚਿਤਾਰਨੇ ਕਿ ਸਾਨੂੰ ਜਾਗ ਆਵੇ, ਅਸੀਂ ਜਾਗੀਏ, ਔਰ ਜਾਗ ਕੇ ਕੀ ਕਰੀਏ? ਨਿਤਨੇਮ ਕਰੀਏ, ਨਿਤਨੇਮ ਕਰੀਏ।
रोवो बिरहा तन का बेशक रोवो पर किसनू साडे तन विच विछोड़ा पै गया तना विच विथ पै गई है तना दा मिलाप नहीं रहा रोवो बिरहा तन का मन ना विछड़न दियो ए किवें ना विछड़ेगा अपना साहिब संभाले ओनू संभाल दे रहो भी सौ सतियां आखियां एक ओ सतियां हन जो मड़िया लग जलन जो पति दे नाल सड़ मोईयां सती हो गईयां ए रसम गुरु अमरदास पातशाह ने बंद करा दी आखिया इंज नहीं सड़ना इंज नहीं मारना आपनू ए दर्जा सती दा नहीं तो फिर सती दा दर्जा की है साहिब आखदे ने सतियां ए ना आखियां ये मड़िया लग जलन सतियां से ही नानका जे बिरह चोट मरन सड़न दी की लोड़ है एडा प्यार होवे के चोट कलेजे ते पैंदियां ही मेरा पति चला गया प्राण निकल जान पर जे नहीं तो भी सौ सतियां आखी सील संतोख रहन सेवन साई अपना नित उठ संभालन अपने साई नू संभालन नित उठ के अपने साई नू संभालना ए सब तो उच्चा दर्जा है सती दा सिख सती है सिख सुहागन है तो सदा उठ के अमृत वेले सब तो पहला कर इशनान सिमर प्रभ अपना इशनान कर दिया चित कर दे श्रीवास चलंगे उठ नाम जप सदके अमृत वेले दे निसबासर दिने ते राती आराध इदा फल की है कारा तुझे न व्यापई इस लोक विच भी ते प्रलोक विच जांदियां भी रस्ते विच कारा तुझे न व्यापई नानक मिटे उपाद जिन्हां दा तू टिकट लैके तुरेंगा ओ तेनू अगों दी आन मिलणगे आओ बैठ आदर सब देव रेरे दरगाह कहे ना को किना नू जिना दे पल्ले टिकट है ये साडे कोल टिकट होवेगा केड़ा उठदियां बहंदियां तुरदियां फिरदियां जपना श्रीवास अमृत वेले उठ के इशनान करे करके जट घड़ी बह के पहली पौड़ी नानक होसी भी सच तक ए जाप जपना ए बह के जपना ध्यान जोड़ के जपना बाबा जी त्यांदे सन ओए के जप ते के तप तू एक वारी गुरु नानक दे चरण चमके कह दे नानक मैं तेरा आखे है यही है बंदगी अपनी यही है बंदगी अपनी यही है बंदगी अपनी यही है जिंदगी अपनी के तेरा नाम आया गर्दन झुक गई अपनी उसने तेरा नाम लिया मेरा सिर झुक गया क्यों मेरी आंखा गे तू आन खड़ोता नाम नामी ता एक हुंदे ही हैं नाम ना विसरे
ਨਾਮੀ ਕਿਤੇ ਗਿਆ ਨਹੀਂ, ਜਿਹਨੂੰ ਨਾਮ ਨਹੀਂ ਚੇਤੇ, ਨਾਮੀ ਉਹਦੇ ਕੋਲ ਬੈਠਾ ਵੀ ਦੂਰ ਹੈ। ਆਓ ਬਾਬਾ ਜੀ ਨਾਲ ਮਨ ਜੋੜੋ, ਮਨ ਕਰਕੇ ਵਿਛੋੜਾ ਨਾ ਪੈਣ ਦਿਓ, ਤਨ ਤਾਂ ਵਿਛੜ ਗਿਆ, ਇਸ ਤੇ ਸਾਡਾ ਜੋਰ ਨਹੀਂ, ਇਹਨੂੰ ਅਸੀਂ ਮਿਲ ਨਹੀਂ ਸਕਦੇ, ਇਸ ਵਿੱਚ ਇੱਕ ਵੱਡੀ ਵਿੱਚ ਪੈ ਗਈ ਹੈ। ਇਸ ਵਿੱਚ ਨੂੰ ਅਸੀਂ ਪਾਟ ਨਹੀਂ ਸਕਦੇ, ਪਰ ਮਨ ਨੂੰ ਮੇਲੀ ਰੱਖੀਏ, ਮਨ ਨਾ ਵਿਛੜਨ ਦੇਈਏ, ਇਹ ਉਦਮ ਅਸੀਂ ਕਰ ਸਕਦੇ। ਇਹ ਉਦਮ ਕਿਵੇਂ ਕਰਨਾ ਹੈ? ਅੰਮ੍ਰਿਤ ਵੇਲੇ ਉੱਠੋ, ਇਸ਼ਨਾਨ ਕਰੋ, ਨਾਮ ਜਪਦੇ ਗੁਰੂ ਕੇ ਹਜੂਰ ਆਓ, ਕਥਾ ਕੀਰਤਨ ਵਿੱਚ ਬਹਿ ਕੇ ਮਨ ਜੋੜੋ, ਇੰਜ ਗੁਰੂ ਕੇ ਸਿੱਖ ਦਾ ਲੋਕ ਸੁਖੀ ਤੇ ਪਰਲੋਕ ਸੁਹੇਲਾ ਹੁੰਦਾ ਹੈ।